ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਦੇ ਹਾਂ ਅੱਜ ਨਵਾਂ ਵਲੌਗ। ਮੈਨੂੰ ਬਹੁਤ ਖੁਸ਼ੀ ਆ, ਮੈਂ ਫਾਈਨਲੀ ਡਿਸਾਈਡ ਕੀਤਾ ਕਿ ਮੈਂ ਬਹੁਤ ਮੋਟੀ ਹੋ ਰਹੀ ਹਾਂ ਅਤੇ ਮੈਂ ਸਵੇਰ ਨੂੰ ਜਾਣਾ ਆ ਵਲੌਗ ਕਰਨ। ਐਕਚੁਅਲੀ ਗੱਲ ਅਸਲ ਦੇ ਵਿੱਚ ਗੱਲ ਇੱਦਾਂ ਆ ਵੀ ਸਾਨੂੰ ਫੀਲ ਹੋ ਰਿਹਾ ਵੀ ਅਸੀਂ ਮੋਟੇ ਹੋ ਰਹੇ ਹਾਂ, ਠੀਕ ਹੈ। ਸਾਡੀ ਪਹਿਲੀ ਫੈਟ ਚੱਲ ਰਹੀ ਆ ਤੇ ਸੋਚਿਆ ਆ ਵੀ ਸਵੇਰੇ ਸਵੇਰੇ ਘੁੰਮਣ ਸੋਰੀ ਘੁੰਮਣ ਨਹੀਂ ਸਵੇਰ ਨੂੰ ਲੈ ਕੇ ਜਾਣਾ ਮੈਂ ਸਵੇਰੇ ਜਾਣਾ ਵੋਕ 'ਤੇ। ਹੁਣ ਵੇਖੋ ਵੀ ਉੱਠਦੇ ਹੈ ਕਿ ਨਹੀਂ ਉੱਠਦੇ, ਕਿਉਂਕਿ ਮੈਂ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਅਲਾਰਮ ਲਾ ਰਿਹਾ ਪਰ ਉੱਠਿਆ ਕਦੇ ਨਹੀਂ। ਇੱਕ ਸੱਚ ਗੱਲ ਹੋਰ ਕਿ ਆਪਾਂ ਤੁਹਾਨੂੰ ਜਿਵੇਂ ਪਿਛਲੀ ਵੀਡੀਓ ਦੇ ਐਂਡ ਵਿੱਚ ਦੱਸਿਆ ਸੀਗਾ ਡੈਡੀਕੇਟ ਕਰਕੇ ਤੁਹਾਨੂੰ, ਜਿਹੜਾ ਤੁਸੀਂ ਬਹੁਤ ਪਸੰਦ ਕੀਤਾ ਸਾਡੇ ਵਾਲੇ, ਮਤਲਬ ਜਿਹੜੇ ਤੁਸੀਂ ਸਾਡੇ ਪਿਆਰ ਕਰਨ ਵਾਲੇ ਹੋ, ਚਾਹੁਣ ਵਾਲੇ ਹੋ, ਸਬਸਕ੍ਰਾਈਬਰ ਹੋ ਸਾਡੇ, ਫੋਲੋਅਰ ਹੋ ਸਾਨੂੰ, ਜਿਹੜੇ ਜਿੰਨਾ ਪਿਆਰ ਦੇਣ ਵਾਲੇ ਹੋ ਸਾਰਿਆਂ ਨੂੰ ਆਪਾਂ ਡੈਡੀਕੇਟ ਕਰਕੇ ਸਾਡੇ ਵਾਲੇ ਨਾਮ ਦਿੱਤਾ। ਸੋ ਸਾਡੇ ਵਾਲੇ ਦਾ ਮਤਲਬ ਹੁੰਦਾ ਹੈ ਭਰਾ, ਖਾਸ ਮਿੱਤਰ, ਦੋਸਤ, ਜਿਹੜਾ ਆਪਦਾ ਦਿਲ ਦੇ ਕਰੀਬ, ਦਿਲ ਦੇ ਕਰੀਬ। ਸੋ ਤੁਹਾਨੂੰ ਹੁਣ ਆਪਾਂ ਸਾਡੇ ਵਾਲੇ ਨਾਮ ਦਿੱਤਾ ਤੇ ਸਾਡੇ ਵਾਲੇ ਬਣ ਕੇ ਹੁਣ ਤੁਸੀਂ ਇਹ ਚੱਕਦਿਆ ਕਰੋ, ਲਾਈਕ ਸ਼ੇਅਰ ਕਰਿਆ ਕਰੋ ਪਲੀਜ਼ ਤੇ ਨਾਲੇ ਸਬਸਕ੍ਰਾਈਬਰ ਵੀ ਕਰ ਦਿਆ ਕਰੋ ਚੈਨਲ। ਹੁਣ ਆਪਾਂ ਸਵੇਰੇ ਦੇਖਦੇ ਹਾਂ ਵੀ ਕਿਹੜਾ ਉੱਠਦਾ ਕਿਹੜਾ ਨਹੀਂ ਉੱਠਦਾ। ਹੁਣ ਤਾਂ ਅਸੀਂ ਲੱਗੇ ਸੌਣ, ਟਾਈਮ ਬਹੁਤ ਹੋ ਚੁੱਕਿਆ। ਬਾਏ ਬਾਏ, ਗੁੱਡ ਨਾਈਟ, ਸਵੇਰੇ ਮਿਲਦੇ ਹਾਂ। ਗੁੱਡ ਮਾਰਨਿੰਗ, ਉੱਠਿਆ ਤਾਂ ਵੈਸੇ ਮੈਂ ਵੀ ਲੇਟ ਹੀ ਹਾਂ, 6 ਵਜੇ 5 ਵਜੇ ਉੱਠਣਾ ਸੀ। ਹੁਣ ਜੋਤ ਨੂੰ ਦੇਖਦੇ ਹਾਂ ਵੀ ਉੱਠਦੀ ਹੈ ਕਿ ਨਹੀਂ ਉੱਠਦੀ। ਜੋਤ ਓਏ ਜੋਤ, ਚੱਲੀਏ ਨਹੀਂ ਜਾਣਾ? ਜੋਤਾਂ ਤਾਂ ਮੁਸ਼ਕਲ ਹੈ, ਹੁਣ ਆਪਾਂ ਹੀ ਚੱਲਦੇ ਹਾਂ। ਮੋਰਨਿੰਗ ਪਿੰਡਾਂ ਜਿੱਦਾਂ ਦੀ ਹੁੰਦੀ ਆ ਜਿਹੜੀਆਂ ਬੋਲੀ ਜਾਂਦੀਆਂ। ਹੁਣ ਆਪਾਂ ਚੱਲੇ ਹਾਂ ਅਤੇ ਮੈਂ ਕੈਮਰਾ ਇੱਥੇ ਹੀ ਰੱਖਣ ਲੱਗਾ ਕਿ ਭੱਜਣ ਜਾਣਾ। ਮੇਰਾ ਸਾਹ ਚੜਿਆ ਦੇਖ ਕੇ ਤੁਸੀਂ ਸਾਰੇ ਅੰਦਾਜ਼ਾ ਲਾ ਸਕਦੇ ਹੋ ਵੀ ਤਲੀਆਂ ਚੀਜ਼ਾਂ ਖਾਣ ਦਾ ਕਿੰਨਾ ਨੁਕਸਾਨ। ਪਹਿਲਾਂ 2-3 ਕਿਲੋਮੀਟਰ ਭੱਜ ਲਈਦਾ ਸੀ ਮੌਜ ਨਾਲ, ਇੰਨਾ ਕੁ ਸਾਹ ਪੱਕਿਆ ਹੋਇਆ ਸੀਗਾ, ਮਤਲਬ ਆਪਣਾ ਕਿਹੜਾ ਕਿ ਸਰੀਰ ਸੀ। ਪਰ ਹੁਣ 1 ਕਿਲੋਮੀਟਰ ਦਾ ਗੇੜਾ ਵੀ ਨਹੀਂ ਕੱਢਿਆ ਗਿਆ, ਇੰਨਾ ਸਾਹ ਫੁੱਲਣ ਲੱਗ ਪਿਆ, ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਸਰੀਰ ਦਾ। ਮਤਲਬ ਇੰਨਾ ਤਲੀਆਂ ਚੀਜ਼ਾਂ ਖਾਣ ਨਾਲ ਸਾਹ ਜਿਹੜਾ ਫੁੱਲਦਾ। ਤਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਯਾਰ ਵੀ ਇਹ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰਿਆ ਕਰੀਏ ਤਲੀਆਂ ਚੀਜ਼ਾਂ ਖਾਣ ਤੋਂ, ਕਿਉਂਕਿ ਸਰੀਰ ਦਾ ਨੁਕਸਾਨ ਹੁੰਦਾ, ਫੈਟ ਤਾਂ ਚੜ੍ਹਦੀ ਚੜ੍ਹਦੀ ਪਰ ਜਿਹੜਾ ਸਾਹ ਫੁੱਲਦਾ ਉਹ ਵੱਖਰਾ। ਅਤੇ ਹੁਣ ਤੁਸੀਂ ਸਾਡੇ ਖੇਤਾਂ ਦਾ ਮਾਹੌਲ ਦੇਖੋ ਸਵੇਰ ਸਵੇਰ ਦਾ।
ਮੈਂ ਕੋਈ ਐਕਸਰਸਾਈਜ਼ ਲਾਉਣ ਦੀ ਹਿੰਮਤ ਨਹੀਂ ਹੈਗੀ। ਬੁਰਾ ਹਾਲ ਹੋ ਗਿਆ, ਫਰੈਸ਼ ਫਰੁਸ਼ ਹੋ ਰਹੀ। 8:54 ਹੋ ਗਏ ਅਤੇ ਦਿਲ 'ਤੇ ਪੱਥਰ ਰੱਖਣ ਵਾਲੇ ਲੋਕ ਆ ਰਹੇ। ਕਿੱਥੇ ਜਾ ਕੇ ਆਏ? ਗਏ ਸੀ ਕਦੋਂ? ਸਵੇਰੇ ਆ ਕੇ ਸੌਂ ਗਏ ਸੀ। ਗੁੱਡ ਮਾਰਨਿੰਗ, ਗਏ ਸੀ ਕਦੋਂ? ਗਏ ਸੀ ਸਵੇਰੇ ਜਦੋਂ ਉਠਾਇਆ ਸੀਗਾ। ਰੇੜੀ ਨੀ ਸੀ ਆਈ ਹਜੇ ਜਿੱਥੇ ਮੈਂ ਖਾਂਦੇ ਆ ਨੇਪਾਲੀ ਦੇ। ਤੇ ਫਿਰ ਨਾ ਮੈਂ ਇੱਕ ਤਾਂ ਦੋਸਤ ਮਿਲ ਗਿਆ ਪ੍ਰਗਟ, ਉਹ ਕਹਿੰਦਾ ਵੀ ਆਪਣੇ ਪਿੰਡੋਂ ਮਿਲ ਜਾਂਦੇ ਮੱਲਣ ਤੋਂ, ਮੱਲਣ ਵਾਲਿਆਂ ਕਿਉਂ। ਤੇ ਅਸੀਂ ਮੈਂ ਕਹਿੰਦੇ ਜੂਸ ਪੀ ਲਿਆ, ਮੈਂ ਤਾਂ ਉਹ ਵੀ ਨਹੀਂ ਪੀਤਾ, ਮਹਿੰਗਾ ਮੈਂ ਬਰਗਰ ਖਾਣਾ। ਪਰ ਜਦੋਂ ਅਸੀਂ ਮੱਲ ਇੱਥੇ ਆਏ ਪਿੰਡ, ਅਤੇ ਉਹਨਾਂ ਦੀ ਦੁਕਾਨ ਹੀ ਬੰਦ ਸੀਗੀ, ਫਿਰ ਮੈਂ ਕਹਿੰਦਾ ਗੁੱਸੇ ਹੋ ਗਈ। ਅਤੇ ਹੁਣ ਅੱਜ ਮੈਂ ਕਿ ਮੈਨੂੰ ਬਰਗਰ, ਰਾਤ ਨੂੰ ਅਸੀਂ ਡਿਸਾਈਡ ਕੀਤਾ ਵੇਖ ਲਓ ਵੀ ਅਸੀਂ ਨਹੀਂ ਖਾਣਾ ਇੱਦਾਂ ਦਾ ਫਾਸਟ ਫੂਡ ਕੋਈ ਵੀ, ਅਤੇ ਅਸੀਂ ਵਾਕ 'ਤੇ ਜਾਣਾ ਆ, ਜੋ ਕਿ ਮੈਂ ਸਵੇਰੇ ਗਈ ਸੀਗੀ। ਮੈਨੂੰ ਹੋਰ ਮੇਰਾ ਫਾਊਂਡੇਸ਼ਨ ਵੀ ਖਤਮ ਹੋਣ ਵਾਲਾ ਹੈ। ਹੋਰ ਸੋਚ ਤੂੰ ਮੈਨੂੰ ਲੈ ਕੇ ਨਹੀਂ ਗਿਆ ਕੱਲ? ਕਿੱਥੇ? ਉੱਥੇ ਬੀਚ ਤੇ। ਯਾਰ ਉੱਥੇ ਜਿੱਥੇ ਉਹ ਆ ਜਿੱਥੇ ਤੂੰ ਕਹਿੰਦਾ ਬਠਿੰਡੇ ਝੀਲਾਂ ਗੁਲਾਬੀ ਜਿਹੜਾ ਉਦਣ ਮੰਮੀ ਕੱਢਦੇ ਸੀ ਆਪਣੇ ਲਈ, ਜਿਹੜਾ ਲਾਲੀ ਲੈ ਕੇ ਆਈ ਸੀ, ਮੰਮੀ ਕਹਿੰਦੀ ਤੂੰ ਸੰਭਾਲ। ਨਾਲੇ ਮੈਨੂੰ ਕਿਤਾਬ ਲਿਆ ਪੀਂਦੀ ਨਹੀਂ। ਕੌਣ ਕੌਣ ਏਦਾਂ ਚਾਹ ਪੀਂਦਾ ਆ ਆਵਾਜ਼ ਕਰਕੇ? ਕਮੈਂਟ ਕਰਕੇ ਜ਼ਰੂਰ ਦੱਸਿਓ, ਤੈਨੂੰ ਇਰੀਟੇਟ ਕਰਨਾ ਹੋਵੇ ਮੈਂ ਏਦਾਂ ਕਰਦਾ। ਅੱਜ ਜਮਾਂ ਧੁੱਪ ਨਹੀਂ ਹੈਗੀ। ਮੈਂ ਕਦੇ ਮੈਨੂੰ ਕਹਿ ਕੇ ਗਏ ਸੀ ਕਿ ਮੈਂ ਇੱਕ ਘੰਟੇ ਬਾਅਦ ਆ ਜਾਣਾ, ਅਤੇ 2 ਘੰਟੇ ਹੋ ਗਏ ਮੈਂ ਕਦੀ ਨੂੰ ਗਿਆ ਨੂੰ, ਮੇਰਾ ਜੀ ਨਹੀਂ ਲੱਗਦਾ। ਹਾਂ ਮੈਂ ਕਿਹਾ ਤਾਂ 3 ਵਾਰੀ ਮੈਨੂੰ ਫੋਨ ਆ ਚੁੱਕਾ। ਗੁੱਤ ਕਰ ਲਈ ਆਪਾਂ, ਹੋ ਗਿਆ ਰੈਡੀ। ਬਰਗਰ ਆ ਗਏ, ਵੋ ਆ ਗਏ ਕੀ? ਚਾਰ ਜੀਆਂ ਮਿਰਚਾਂ, ਬਹੁਤ ਸਵਾਦ ਲੱਗਦੀਆਂ ਮਿਰਚਾਂ ਵਾਲੀਆਂ। ਹਾਂ ਸੀ ਤੇਰੀਆਂ ਖੁਸ਼ੀਆਂ। ਤੂੰ ਬਰਗਰ ਲੈ ਕੇ ਆਇਆ? ਥੈਂਕ ਯੂ ਮੰਮ। ਬਰਗਰ ਆ ਗਿਆ ਮੇਰੇ, ਚੱਲ ਜਾਊਂਗਾ। Thank you.
तो बर्गरों की डाइट तो बाद हम अभी भिंडियां बना रहे साडा डाइट डे बहुत वधिया चल रहा अज भिंडियां बई सच एक होर गल भिंडियां बन दियां कढ़ाई दे विच वधिया स्वाद बनाउणियां तां इदा दी कढ़ाई दे विच बनदियां भिंडियां नाल खुरचना पहला सवेरे उठे हाँ मैं दीप वॉक ते गए ते उस तो बाद असी उठ के मैं 9 बजे उठी हाँ फिर असी रोटी खाधी आ डाइट बच्चे सारे बस नाल पहला चीज सी रोटी मैं कहने 4 खाधिया मैं 3 खाधिया लस्सी डक के पीती नाल लस्सी पीती नाल मखनी सी दोपहर नूं असी खाधे बर्गर मैं कहने खाधे मैं 2 दिन दियां लईआं सीगियां झूठ नहीं बोलना 2 लईआं पहले बर्गर चो 2 लईआं दूसरे बर्गर चो एक बर्गर पहला खाधा मैं एक बर्गर 2 घंटे बाद खाधा चटक मटक जैसे व्लॉग देखने के लिए हमारा चटक मटक जैसे व्लॉग गंजे जैसे व्लॉग देखने के लिए साडा चैनल सब्सक्राइब कर लो लाइक कर लो लास्ट वाली डाइट मम्मी दूध लेके आए साडी लास्ट डाइट मम्मी लेके आए हां ना दे दे मैं मैगम दे दो ना चलो रोटी ज्यादा खा ली ये लास्ट डाइट साडी आ हुंदी है तुसी मिलो हंडे रिश्तेदार बाय बाय गुड नाइट ते दस्यो सही सानू मेरे गोलगप्पे खाना फो मैं कहंदे मेरे जिन्ना पीना ਸਾਡੀ ਆ ਲਾਸਟ ਡਾਈਟ ਇਹਦਾ ਫੇਰ ਦੱਸਿਓ ਅਸੀਂ ਮੋਟੇ ਖਾਤੇ ਹੁੰਨੇ ਆ ਖਾਂਦੇ ਪਿੰਦੇ ਤਾਂ ਹੈ ਨਹੀਂ ਅਸੀਂ ਕੁਛ ਵੀ ਬਾਏ ਬਾਏ ਗੁੱਡ ਨਾਈਟ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਮਿਲਦੇ ਕਿਸੇ ਨਵੇਂ ਵਲੌਗ ਦੇ ਨਾਲ ਚਟਕ ਮਟਕ ਨਏ ਜੈਸੇ ਵਲੌਗ ਕੇ ਸਾਥ ਮਿਲਿਆ ਬਾਏ ਬਾਏ